ਪੰਚਾਇਤਾਂ ਤਾਂ ਬਹੁਤ ਬਣੀਆਂ ਪਰ ਕੰਮ ਅੱਜ ਤੱਕ ਹੋਇਆ ਨਹੀਂ। ਚੋਣ ਨਿਸ਼ਾਨ ਕੀ ਮਿਲਿਆ ਜੀ? ਚੋਣ ਨਿਸ਼ਾਨ ਮੇਰਾ ਟੈਲੀਵਿਜ਼ਨ ਹੈ। ਹੁਣ ਅਸੀਂ ਇਹ ਚਾਹੁੰਦੇ ਹਾਂ ਕਿ ਸਾਡੀ ਚਾਚੀ ਸਰਪੰਚ ਬਣੇ। ਨਾ ਉਹਦਾ ਹੁੰਦੇ ਹੋਏ ਵੀ ਬਹੁਤ ਕੰਮ ਕੀਤੇ, ਜਿਹੜੇ ਨਹੀਂ ਕੰਮ ਹੋਣ ਵਾਲੇ ਵੀ ਉਹ ਵੀ ਕੀਤੇ ਆ। ਕੋਈ ਗੱਲ ਕਹਿਣੀ ਚਾਹੁੰਦਾ, ਪਿੰਡ ਦੀ ਭਲਾਈ ਹੋਗੀ ਤਾਂ ਇਹਨਾਂ ਦੇ ਹੱਥੋਂ ਹੋਗੀ। ਆਹ ਸਰਪੰਚ ਹੁੰਦੇ ਹੋਏ ਵੀ ਸਾਡੇ ਪਿੰਡ ਦੇ ਕੰਮ ਇਹਨੇ ਬਹੁਤ ਕਰਾਏ। ਸਤਿ ਸ਼੍ਰੀ ਅਕਾਲ ਦੋਸਤੋ, GBC ਅਪਡੇਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਨਵਨੀਤ ਸਿੰਘ ਚੀਮਾ। ਗੱਲ ਕਰਦੇ ਹਾਂ ਪੰਚਾਇਤੀ ਚੋਣਾਂ ਦੀ। ਜਿਵੇਂ ਜਿਵੇਂ ਵੋਟਾਂ ਦਾ ਦਿਨ ਨਜ਼ਦੀਕ ਆ ਰਿਹਾ ਅਤੇ ਪਿੰਡਾਂ ਦੇ ਵਿੱਚ ਇੱਕ ਮਾਹੌਲ ਜਿਹੜਾ ਗਰਮਾਇਆ ਜਾ ਰਿਹਾ ਅਤੇ ਨਾਲ ਦੀ ਨਾਲ ਜਿਹੜਾ ਪ੍ਰਚਾਰ ਦਾ ਸਮਾਂ ਉਹ ਵੀ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਘਰ ਘਰ ਜਾ ਕੇ ਪ੍ਰਚਾਰ ਕੀਤਾ ਜਾ ਰਿਹਾ ਅਤੇ ਇਸ ਦੇ ਤਹਿਤ ਪਹੁੰਚਿਆ ਪਿੰਡ ਝੱਗਰਾਂ ਅਤੇ ਝੱਗਰਾਂ ਪਿੰਡ ਦੀ ਪੰਚਾਇਤ ਸਦਾ ਮੌਜੂਦ ਹੈ, ਪਿੰਡ ਵਾਸੀ ਮੌਜੂਦ ਨੇ ਅਤੇ ਜਿਨ੍ਹਾਂ ਵੱਲੋਂ ਕਾਗਜ਼ੀ ਕਾਰਵਾਈ ਕਰਕੇ ਚੋਣ ਨਿਸ਼ਾਨ ਵੀ ਇਹਨਾਂ ਨੂੰ ਮਿਲ ਚੁੱਕੇ ਨੇ। ਅਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪਿੰਡ ਦੇ ਸਰਪੰਚ ਸਾਹਿਬ ਜਿਨ੍ਹਾਂ ਨੇ ਚੋਣ ਨਿਸ਼ਾਨ ਮਿਲ ਗਿਆ। ਹਾਂਜੀ, ਕੀ ਕਹਿਣਾ ਚਾਹੋਗੇ, ਚੋਣ ਨਿਸ਼ਾਨ ਮਿਲ ਗਿਆ ਅਤੇ ਪਿੰਡ ਦੇ ਵਿੱਚ ਕੀ ਅੱਗੇ ਤੁਹਾਡਾ ਪ੍ਰੋਸੈਸ ਹੈ ਜੀ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਕੁਲਜੀਤ ਕੌਰ, ਸਰਦਾਰ ਜੰਗਵੀਰ ਸਿੰਘ ਦੇ ਮਿੱਸੇ ਅਤੇ ਉਹਨਾਂ ਅਸੀਂ ਜੋ ਮੈਂ ਸਰਪੰਚ ਬਣਾਂਗੀ ਤਾਂ ਮੈਂ ਪਿੰਡ ਦੀ ਭਲਾਈ ਲਈ ਬਹੁਤ ਕੰਮ ਕਰਾਂਗੀ। ਪਹਿਲਾਂ ਵੀ ਨਾ ਅਹੁਦਾ ਹੁੰਦੇ ਹੋਏ ਮੇਰੇ ਹਸਬੈਂਡ ਨੇ ਬਹੁਤ ਜ਼ਿਆਦਾ ਕੰਮ ਕੀਤੇ ਅਤੇ ਪਿੰਡ ਦੀ ਭਲਾਈ ਲਈ ਬਹੁਤ ਜ਼ਿਆਦਾ ਕੰਮ ਕੀਤੇ, ਪਰ ਹੁਣ ਉਸ ਤੋਂ ਵੀ ਜ਼ਿਆਦਾ ਕੰਮ ਕਰਾਂਗੇ ਅਸੀਂ। ਚੋਣ ਨਿਸ਼ਾਨ ਕੀ ਮਿਲਿਆ ਜੀ? ਚੋਣ ਨਿਸ਼ਾਨ ਮੇਰਾ ਟੈਲੀਵਿਜ਼ਨ ਹੈ। ਕੀ ਅਪੀਲ ਕਰਨਾ ਚਾਹੁੰਦੇ ਪਿੰਡ ਵਾਸੀਆਂ? ਮੈਂ ਪਿੰਡ ਵਾਸੀਆਂ ਨੂੰ ਇਹੀ ਅਪੀਲ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਅਸੀਂ ਨਾ ਅਹੁਦਾ ਹੁੰਦੇ ਹੋਏ ਵੀ ਬਹੁਤ ਕੰਮ ਕੀਤੇ, ਹੁਣ ਤੁਸੀਂ ਸਾਨੂੰ ਅਹੁਦਾ ਦਿਓ ਤਾਂ ਜੋ ਅਸੀਂ ਹੋਰ ਬਹੁਤੇ ਜ਼ਿਆਦਾ ਕੰਮ ਕਰ ਸਕੀਏ। ਇੱਕ ਤੁਸੀਂ ਮਹਿਲਾ ਹੋ ਅਤੇ ਜੇ ਸਰਪੰਚ ਚੁਣੇ ਜਾਂਦੇ ਹੋ ਤਾਂ ਕੀ ਪਲੈਨ ਨੇ ਤੁਹਾਡੇ ਅੱਗੇ, ਮਹਿਲਾਵਾਂ ਵਾਸਤੇ ਕੀ ਯੋਜਨਾਵਾਂ ਹੋਣਗੀਆਂ? ਮੈਂ ਸਰ ਮਹਿਲਾਵਾਂ ਵਾਸਤੇ ਜੋ ਮੇਰੀਆਂ ਭੈਣਾਂ ਕਹਿਣਗੀਆਂ ਮੈਨੂੰ, ਮੈਂ ਉਹ ਕੋਸ਼ਿਸ਼ ਕਰਾਂਗੀ ਵੀ ਜੋ ਉਹਨਾਂ ਦੀ ਹੋਊਗੀ ਚਾਹ ਹੋਊਗੀ ਮੈਂ ਪੂਰੀ ਕਰਾਂਗੀ। ਹਾਂਜੀ ਹਾਂਜੀ ਸਰ, ਕੀ ਕਹਿਣਾ ਚਾਹੋਗੇ ਜੀ, ਚੋਣ ਨਿਸ਼ਾਨ ਮਿਲ ਚੁੱਕਾ ਅਤੇ ਕਿੱਦਾਂ ਦੀ ਅਗਲੇਰੀ ਕਾਰਵਾਈ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ? ਸਰ, ਜਿਸ ਤਰ੍ਹਾਂ ਕਿ ਮੇਰੀ ਵਾਈਫ ਨੇ ਪਹਿਲਾਂ ਦੱਸਿਆ, ਸਾਨੂੰ ਚੋਣ ਨਿਸ਼ਾਨ TV ਜਿਹੜਾ ਆ ਉਹ ਮਿਲ ਚੁੱਕਾ ਹੈਗਾ। ਸਰਪੰਚੀ ਦੀ ਚੋਣ ਲੜ ਰਹੀ ਹੈ ਮੇਰੀ ਪਤਨੀ ਅਤੇ ਉਸਦੇ ਨਾਲ ਹੀ ਜਿਹੜੀ ਸਾਡੀ ਪਲੈਨਿੰਗ ਆ ਹੁਣ, ਉਹ ਪਲੈਨਿੰਗ ਤਾਂ ਬਹੁਤ ਹੈਗੀ ਸਾਡੀ, ਕਿਉਂਕਿ ਪਿੰਡ 'ਚ ਕੰਮ ਬਹੁਤ ਹੋਣ ਵਾਲੇ ਆ। ਪਹਿਲੀ ਸਾਡੀ ਪਲੈਨਿੰਗ ਹੈਗੀ ਆ ਜਿਹੜਾ ਪਿੰਡ ਦੇ ਵਿੱਚ ਗੰਦੇ ਪਾਣੀ ਦਾ ਨਿਕਾਸ ਆ ਉਹ ਬਿਲਕੁਲ ਨਹੀਂ ਹੋ ਰਿਹਾ, ਉਹ ਅਸੀਂ ਸੀਵਰੇਜ ਪਾ ਕੇ ਜਿਹੜਾ ਆ ਉਹ ਗੰਦੇ ਪਾਣੀ ਦਾ ਨਿਕਾਸ ਕਰਾਂਗੇ। ਇਹਦੇ ਨਾਲ ਹੀ ਦੂਜੀ ਸਾਡੀ ਜਿਹੜੀ ਮੇਨ ਹੈਗੀ ਆ, ਇੱਕ ਅਸੀਂ ਸਾਡੇ ਸ਼ਿਵ ਮੰਦਰ ਨੂੰ ਜਿਹੜੀ ਸੜਕ ਜਾਂਦੀ ਆ ਉਹ ਕੱਚੀ ਆ, ਉਹ ਅਸੀਂ ਪੱਕੀ ਸੜਕ ਬਣਵਾ ਕੇ ਅਤੇ ਉਹ ਲੋਕਾਂ ਨੂੰ ਸਮਰਪਿਤ ਕਰਾਂਗੇ। ਇਹਦੇ ਨਾਲ ਹੀ ਪਿੰਡ ਦੇ ਵਿੱਚ ਜਿਹੜੀਆਂ ਗਲੀਆਂ ਨਾਲੀਆਂ ਜਿਹੜੀਆਂ ਅਧੂਰੀਆਂ ਪਈਆਂ ਹੈਗੀਆਂ, ਉਹਨਾਂ ਨੂੰ ਵੀ ਅਸੀਂ ਸਰਕਾਰੀ ਫੰਡ ਲੈ ਕੇ ਉਹਨਾਂ ਨੂੰ ਵੀ ਪੂਰਾ ਕਰਨ ਦੀ ਜੀ ਤੋੜ ਕੋਸ਼ਿਸ਼ ਕਰਾਂਗੇ। ਇਸ ਦੇ ਨਾਲ ਹੀ ਸਕੂਲ ਦੇ ਵਿੱਚ ਜਿਹੜਾ ਆ ਉਹਦੀ ਚਾਰ ਦੀਵਾਰੀ ਲਈ ਹੋਰ ਜਿਹੜੇ ਉੱਥੇ ਕੋਈ ਕੰਮ ਹੋਣੇ ਵਾਲੇ ਆ ਉਹਨਾਂ ਲਈ ਵੀ ਗਰੰਟਾਂ ਲਿਆ ਕੇ ਕੰਮ ਕਰਾਂਗੇ। ਅਤੇ ਬੀਬੀਆਂ ਦੀ ਜਿਹੜਾ ਤੁਸੀਂ ਪੁੱਛਿਆ ਹੈਗਾ ਆ, ਜਿਸ ਤਰ੍ਹਾਂ ਕਿ ਇੱਥੇ ਕੋਈ ਸਿਲਾਈ ਸੈਂਟਰ ਖਲਵਾਵਾਂਗੇ, ਹੋਰ ਜਿੱਦਾਂ ਵੀ ਮਤਲਬ ਸਾਡੀਆਂ ਮਾਵਾਂ ਭੈਣਾਂ ਨੂੰ ਕੋਈ ਹੋਰ ਪ੍ਰੋਬਲਮ ਆਉਂਦੀ ਆ ਜੋ ਉਹ ਦੱਸਣਗੀਆਂ, ਉਸ ਹਿਸਾਬ ਨਾਲ ਅਸੀਂ ਉਹ ਵੀ ਜਿਹੜੀ ਆ ਉਹ ਪੂਰੀ ਕਰਾਂਗੇ। ਇਸ ਦੇ ਨਾਲ ਹੀ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਜੀ ਵੀ ਖੇਡ ਸਟੇਡੀਅਮ ਆ ਸਾਡਾ, ਉਹਨੂੰ ਵੀ ਅਸੀਂ ਬਣਾਵਾਂਗੇ। ਖੇਡ ਸਟੇਡੀਅਮ ਆ ਜਿਹੜਾ ਬੱਚੇ ਜਿੱਥੇ ਸਾਡੇ ਖੇਡ ਸਕਣ, ਨਸ਼ਿਆਂ ਤੋਂ ਬਚ ਸਕਣ, ਅਤੇ ਸਾਡਾ ਇਹੀ ਉਪਰਾਲਾ ਹੋਵੇਗਾ। ਇਸ ਦੇ ਨਾਲ ਹੀ ਇੱਕ ਜਿਹੜਾ ਸਭ ਤੋਂ ਵੱਡਾ ਕੰਮ ਅਸੀਂ ਕਰਾਂਗੇ ਜੋ ਕਿ ਅੱਜ ਤੱਕ ਕਿਸੇ ਵੀ ਪੰਚਾਇਤ ਨੇ ਨਹੀਂ ਕੀਤਾ, ਪਿੰਡ ਵਿੱਚ ਜੇਕਰ ਕੋਈ ਝਗੜਾ ਹੁੰਦਾ ਉਹ ਅਸੀਂ ਪਿੰਡ ਦੇ ਵਿੱਚ ਹੀ ਪਿੰਡ ਦੀ ਪੰਚਾਇਤ ਨੂੰ ਬੁਲਾ ਕੇ ਉੱਥੇ ਹੀ ਅਸੀਂ ਉਹਦਾ ਜਿਹੜਾ ਆ ਸਮਾਧਾਨ ਕਰਾਂਗੇ। ਕਿਸੇ ਨੂੰ ਵੀ ਪਿੰਡ ਵਾਸੀ ਨੂੰ ਥਾਣੇ ਜਾਂ ਕਚਹਿਰੀਆਂ ਦੇ ਚੱਕਰ ਲਾਉਣ ਨੂੰ ਨਹੀਂ ਮਜਬੂਰ ਕਰਾਂਗੇ। ਇੱਕ ਜਿਵੇਂ ਦੇਖਿਆ ਜਾਂਦਾ ਕਿ ਵੋਟਾਂ ਲੈਣ ਲਈ ਕੋਈ ਨਸ਼ਾ ਵੀ ਵੇਚਿਆ ਜਾਂਦਾ, ਅਤੇ ਉਹਦੇ ਵਾਸਤੇ ਕੀ ਕਹਿਣਾ ਚਾਹੋਗੇ ਅਤੇ ਕਿੱਦਾਂ ਵੋਟਾਂ ਤੁਸੀਂ ਫਿਰ? ਦੇਖੋ ਜੀ, ਮੇਰਾ ਇਹ ਵਿਚਾਰ ਹੈਗਾ ਆ ਵੀ ਵੋਟਾਂ ਵਾਸਤੇ ਜਿਹੜਾ ਆ ਨਾ ਨਸ਼ਾ ਹੋਣਾ ਚਾਹੀਦਾ ਹੈਗਾ ਆ, ਅਤੇ ਨਾ ਹੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਰਿਸ਼ਵਤ ਦੇਣੀ ਚਾਹੀਦੀ ਹੈ, ਅਤੇ ਨਾ ਹੀ ਕਿਸੇ ਨੂੰ ਕਿਸੇ ਧਮਕਾ ਕੇ ਜਾਂ ਬਾਹੂਬਲ ਨਾਲ ਜਿਹੜੀਆਂ ਵੋਟਾਂ ਲੈਣੀਆਂ ਚਾਹੀਦੀਆਂ। ਆਮ ਤੌਰ 'ਤੇ ਦੇਖਿਆ ਕਿ ਮੀਡੀਆ ਰਾਹੀਂ ਜਾਂ ਹੋਰ ਕਿਸੇ ਢੰਗ ਦੇ ਨਾਲ ਲੋਕਾਂ ਨੂੰ ਦਬਕਾ ਕੇ ਵੀ ਜੇ ਤੁਸੀਂ ਸਾਡਾ ਸਾਥ ਨਹੀਂ ਦਿਓਗੇ ਤਾਂ ਅਸੀਂ ਇਸ ਤਰ੍ਹਾਂ ਕਰਾਂਗੇ, ਉਹ ਕੰਮ ਬਿਲਕੁਲ ਨਹੀਂ ਹੋਣਾ ਚਾਹੀਦਾ। ਫਰੀ ਐਂਡ ਫੇਅਰ ਜਿਹੜੀ ਇਲੈਕਸ਼ਨ ਹੋਣੀ ਚਾਹੀਦੀ ਆ, ਲੋਕਾਂ ਨੂੰ ਅਧਿਕਾਰ ਆ, ਉਹ ਆਪਣੇ ਨੁਮਾਇੰਦੇ ਆ ਜਿਹੜੇ ਉਹ ਆਪਣੇ ਤੌਰ 'ਤੇ ਚੁਣਨ ਜਿਨ੍ਹਾਂ ਨੂੰ ਉਹ ਪਸੰਦ ਕਰਦੇ ਆ। ਅਤੇ ਪਿੰਡ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੋਗੇ? ਪਿੰਡ ਵਾਸੀਆਂ ਨੂੰ ਮੇਰੀ ਇਹੀ ਅਪੀਲ ਆ ਕਿ ਜਿਸ ਤਰ੍ਹਾਂ ਮੇਰੀ ਪਤਨੀ ਨੇ ਦੱਸਿਆ ਕਿ ਅਸੀਂ ਪਹਿਲਾਂ ਵੀ ਮੈਂ ਪਿੰਡ ਦੇ ਬਹੁਤ ਕੰਮ ਆ ਜਿਹੜੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਆ, ਅਤੇ ਹੁਣ ਵੀ ਜਿਹੜਾ ਆ ਉਹ ਅਸੀਂ ਇਸ ਤੋਂ ਵੀ ਵੱਧ ਕੰਮ ਕਰਾਂਗੇ ਜੇ ਅਸੀਂ ਸਰਪੰਚ ਚੁਣੇ ਜਾਂਦੇ ਹਾਂ। ਅਤੇ ਪਿੰਡ ਵਾਸੀਆਂ ਨੂੰ ਇਹੀ ਅਪੀਲ ਆ ਕਿ ਇਸ ਵਕਤ
पार्टीबाजी ग्रुपबाजी जी उन्होंने भुल के मेरी पत्नी जड़ा इस बार सरपंच बनाने का मौका दो तो टीवी के निशान से वोटा पा के सूँ कामयाब करो। सर की नाम तो सुखविंदर सिंह जी कि पिंड तो जी झगरा पिंड है जी ठीक है पंची की चोन लड़ रहे हैं पंची की चोन लड़ रहा जी मैं की चोन निशान ले मेरा कार है जी कार हाँ जी तो भजाई पूरी कार अब देखो जो मैं देखो जी मेरी घर वाली जी महिला मंडल की प्रधान है वह पिंड तो पिंड की बहुत सेवा कर रही है बहुत चिर तो मेरी घर वाली मेरी ना खड़ी है महिला मंडल के प्रधान है जी ये भी बहुत सेवा की पिंड जी का भाजी हूँ ही कर रहे हैं सेवा पिंड की यह भी सेवा इतने करती है पिंड की जो मैं पिंड बनूंगा तो मैं पिंड की अपनी भरजाई कलजीत कौर के नाल रल के जिदा मैं कहूगी मैं उदा करूँगा जी यही कहना चाहते हैं कि सानू एक बार मौका दे दें मेरिया भैन मेरे वीर जो भी बजुर्ग है पिंड के हथ जोड़ के मैं बेनती करती हाँ कि इन्हों पेंच बना दे तो उन्होंने सरपंच बना दे पिंड का गंद कढ़ना चाहते होर कुछ नहीं है पिंड के बहुत 40 साल पछड़िया हुआ साडा पिंड आ उन्होंने असं कामयाब करना चाहते हैं मैनू इतने 40 साल हो गया इन मैं कुछ विकास नहीं देखा 40 साल पिछे विकास से आए अगे लियाना चाहते हैं बस यही बेनती आ एंट्रियां देखो पिंड दियां तुसीं आंदे उधरों बहुत औखा आ पिंड दे पानी पूरे अंदर आंदे आ छोटे छोटे बच्चे आ घर विच सप्प घूमदे आ आपां जिन्नियां भी पंचायत आईयां मैं किसे दे विरोध च नहीं बोलना चाहती वह भी मेरे अपने ही आ हुण पहलां भी अपने से हुण भी वह अपने ही आ मैं बेनती यही करदी भी किसे ने कुछ कीता नहीं हैगा असी साढ़े अंदर बच्चे छोटे छोटे घूमते सप्प साढ़े अंदर अच्छे रेंदे आ थोड़े दिन होया नाल मनप्रीत कौर का घर आदि मंदिर के सप्प बड़िया हुआ से छोटे छोटे बच्चे कोल ही सुते पे थे यही बेनती करते हैं सानू होर लालच किसी चीज़ का नहीं लालच यह है कि पिंड वधिया बन जाए साडा यही कहना चाहनी है वध तो वध वोटा पा के कामयाब कर मैं वादा करती हाँ मैं वादा करती कि मैं इन्हों को काम करवाऊँगी इस एक वादा मैं कर दी मेरी बीबिया जिन्नियां मेरे नाल भैन सहयोग दे रही मैं सारे काम इन्हों के राही करवाना चाहनी हाँ पेंची दे वोट पान ते सरपंची दी वोट सानू दे देन वधिया काम जिहड़े आ करना चाहनी बस यही आ पिंड दे यही आ सरपंच होवे पंच होवे सानू तां यही मतलब पिंड दे विच काम सही होना चाहीदा पंचायतां उह काहदियां जे धड़ेबंदियां आ अद्धे मैंबर किसे पासे होण पंच सरपंच किसे पासे होवे उह काम कित्थों हुंदे आ फिर रुक जांदे आ ਇਹ ਤਾਂ ਮਤਲਬ ਇਹੀ ਆ ਮੇਰਾ ਮਤਲਬ ਜਿਹੜੇ ਬਣਨਗੇ ਇਹ ਬੰਦੇ ਸਾਡੇ ਚੰਗੇ ਆ ਵਧੀਆ ਭਾਅ ਜੀ ਹੁਣੀ ਇਹਨਾਂ ਨੇ ਬਹੁਤ ਕੰਮ ਕਰਾਏ ਆ ਲੋਕਾਂ ਦੇ ਤੁਰੇ ਰਹੇ ਆ ਕੋਲੋਂ ਕਿਰਾਏ ਲਾ ਲਾ ਕੇ ਲੋਕਾਂ ਨੂੰ ਗੱਡੀਆਂ ਦੇ ਵਿੱਚ ਲਿਜਾਲ ਜਾ ਕੇ ਪਰ ਲੋਕ ਵੀ ਥੋੜ੍ਹੇ ਇੱਦਾਂ ਹੀ ਆ ਕਿਸੇ ਦੀ ਨੇਕੀ ਨੂੰ ਨਹੀਂ ਜਾਣਦੇ ਬਦੀ ਵੱਲ ਜਾਂਦੇ ਆ ਮਤਲਬ ਹਾਂਜੀ ਕੀ ਨਾਮ ਹੈ ਜੀ ਰੇਸ਼ਮ ਕੌਰ ਜੀ ਹਾਂਜੀ ਕੀ ਕਹਿਣਾ ਚਾਹੋਗੇ ਅੱਜ ਹੁਣ ਇਲੈਕਸ਼ਨਾਂ ਦਾ ਦਿਨ ਵੀ ਨੇੜੇ ਆ ਰਿਹਾ ਅਸੀਂ ਇਲੈਕਸ਼ਨ 'ਚ ਇਹ ਚਾਹੁੰਦੇ ਹਾਂ ਕਿ ਪੰਚਾਇਤਾਂ ਤਾਂ ਬਹੁਤ ਬਣੀਆਂ ਪਰ ਸਾਡੀ ਅੱਜ ਤੱਕ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਸਾਡੀ ਗਲੀ ਦੇ ਵਿੱਚ ਬਹੁਤ ਪਾਣੀ ਭਰਦਾ ਸਾਡੇ ਘਰਾਂ ਦੇ ਵਿੱਚ ਅਡਾ ਪਾਣੀ ਆ ਕਦੀ ਉਹਨਾਂ ਸਾਡਾ ਨਾਲਾ ਨਹੀਂ ਕਢਾਇਆ ਕਦੀ ਕੋਈ ਕੰਮ ਨਹੀਂ ਕੀਤਾ ਜਿੰਨਾ ਮਰਜ਼ੀ ਪੰਚਾਇਤਾਂ ਤਾਂ ਬਹੁਤ ਬਣੀਆਂ ਪਰ ਕੰਮ ਅੱਜ ਤੱਕ ਹੋਇਆ ਨਹੀਂ ਔਰ ਇਹਨਾਂ ਨੇ ਬਿਨਾਂ ਪੰਚਾਇਤ ਤੋਂ ਸਾਡੇ ਬਹੁਤ ਕੰਮ ਕੱਢਿਆ ਬਹੁਤ ਕਰਾਏ ਆ ਹੁਣ ਅਸੀਂ ਇਹ ਚਾਹੁੰਦੇ ਹਾਂ ਕਿ ਸਾਡੀ ਚਾਚੀ ਸਰਪੰਚ ਬਣੇ ਔਰ ਕਾਮਯਾਬ ਬਣਾਓ ਜੰਗਵੀਰ ਚਾਚਾ ਜੀ ਨੇ ਤਾਂ ਬਹੁਤ ਸਾਰੇ ਕੰਮ ਕੀਤੇ ਜਿਹੜੇ ਨਹੀਂ ਕੰਮ ਹੋਣ ਵਾਲੇ ਵੀ ਉਹ ਵੀ ਕੀਤੇ ਆ ਪਾਣੀ ਦਾ ਨਿਕਾਸ ਹੋਣਾ ਚਾਹੀਦਾ ਸਾਡੇ ਘਰ ਅੱਜ ਜਾ ਕੇ ਦੇਖੋ ਐਡਾ ਐਡਾ ਪਾਣੀ ਆਉਂਦਾ ਆ ਸੱਪ ਸਾਡੇ ਅੰਦਰਾਂ 'ਚ ਘੁੰਮਦੇ ਆ ਸਾਡੇ ਘਰ ਦੇ ਸਾਡੇ ਪੰਚਾਇਤਾਂ ਨੇ ਕਿਸੇ ਨੇ ਕੁਛ ਵੀ ਨਹੀਂ ਕੀਤਾ ਇੱਥੇ ਸਾਡੀ ਪੰਚਾਇਤ ਸਾਰੀ ਜਿੰਨੀ ਬਹੁਤ ਪੰਚਾਇਤਾਂ ਬਣੀਆਂ ਸਾਨਾ ਵਾਅਦੇ ਬਹੁਤਿਆਂ ਨੇ ਕੀਤੇ ਸਭ ਕੀਤਾ ਪਰ ਪੰਚਾਇਤ ਨੇ ਅੱਜ ਤੱਕ ਸਾਡੇ ਪਿੰਡ ਦਾ ਨਿਕਾਸ ਨਹੀਂ ਕੀਤਾ ਹੈਗਾ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਨਾਨਕ ਸਿੰਘ ਹਾਂਜੀ ਕਿਹੜੇ ਪਿੰਡ ਤੋਂ ਜੀ ਜਗਰਾਂ ਜੀ ਕੀ ਕਹਿਣਾ ਚਾਹੋਗੇ ਚੋਣ ਨਿਸ਼ਾਨ ਵੀ ਅਲਾਟ ਹੋ ਗਏ ਆ ਇੱਕੋ ਗੱਲ ਕਹਿਣੀ ਚਾਹੁੰਦਾ ਪਿੰਡ ਦੀ ਭਲਾਈ ਹੋਗੀ ਤਾਂ ਇਹਨਾਂ ਦੇ ਹੱਥੋਂ ਹੋਗੀ ਪਹਿਲੇ ਵੀ ਕਰਦੇ ਆ ਹੁਣ ਵੀ ਕਰੂਗੇ ਇਸ ਲਈ ਸਾਡੀ ਬੇਨਤੀ ਹੈ ਕਿ ਇਹਨਾਂ ਨੂੰ ਜਿਤਾਓ ਔਰ ਜਿੱਦਾਂ ਪਿੰਡ ਵਾਸੀਆਂ ਸਹਿਯੋਗ ਚਾਹੀਦਾ ਨਾ ਹਾਂ ਸਹਿਯੋਗ ਸਾਡਾ ਸਾਰਾ ਹੈ ਆ ਦੇਖੋ ਸਾਰਾ ਸਹਿਯੋਗ ਹੈ ਜੀ ਠੀਕ ਆ ਅਸੀਂ ਇਹਨਾਂ ਲਈ ਵੀ ਚਾਹੁੰਦੇ ਹਾਂ ਬਸ ਪੈਂਚ ਵੀ ਹੋਏ ਇਹੀ ਅਤੇ ਸਰਪੰਚ ਵੀ ਹੈ ਜੀ ਠੀਕ ਹੈ ਜੀ ਹਾਂਜੀ ਕੀ ਨਾਮ ਤੁਹਾਡਾ ਜੀ ਮੇਰਾ ਅਮਰਜੀਤ ਸਿੰਘ ਕੀ ਕਹਿਣਾ ਚਾਹੋਗੇ ਜੀ ਦੇਖੋ ਇਹਦਾ ਇਹ ਚਾਹੁੰਦੇ ਆ ਵੀ ਨਾ ਸਰਪੰਚ ਹੁੰਦੇ ਹੋਏ ਵੀ ਸਾਡੇ ਪਿੰਡ ਦੇ ਕੰਮ ਇਹਨੇ ਬਹੁਤ ਕਰਾਏ ਕੋਈ ਹੈਂਡੀਕੈਪਟ ਆ ਉਹਨਾਂ ਨੂੰ ਪੈਨਸ਼ਨ ਲਵਾ ਕੋਈ ਉਹ ਕਰ ਫਲਾਨਾ ਕਰ ਆਪਣੀ ਗੱਡੀ ਲੈ ਕੇ ਘੁੰਮਣਾ ਜਾਣੀ ਕਿ ਕੋਈ ਔਖ ਨਹੀਂ ਜੇ ਸਰਪੰਚ ਬਣੂਗੇ ਤਾਂ ਕਿੰਨੇ ਕੰਮ ਕਰਨੇ ਸੋ ਸਨ ਜੰਗਵੀਰ ਸਿੰਘ ਅਤੇ ਉਹਨਾਂ ਦੀ ਧਰਮ ਪਤਨੀ ਕੁਲਜੀਤ ਕੌਰ ਜੋ ਕਿ ਸਰਪੰਚੀ ਦੀ ਦਾਅਵੇਦਾਰੀ ਲਈ ਚੋਣ ਮੈਦਾਨ ਵਿੱਚ ਨਿੱਤ ਰਹੇ ਨੇ ਅਤੇ ਪਿੰਡ ਵਾਸੀਆਂ ਤੋਂ ਇੱਕ ਆਸ ਰੱਖਦੇ ਨੇ ਕਿ ਉਹਨਾਂ ਨੂੰ ਚੋਣ ਮੈਦਾਨ ਵਿੱਚ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਜਾਵੇ ਤਾਂ ਜੋ ਪਿੰਡ ਦਾ ਸੁਧਾਰ ਕਰ ਸਕੇ ਅਤੇ ਪਿੰਡ ਦਾ
विकास जो है वो वड्डी पद्धर ते किया जाए तो पिंड नूं नरक दे विचों कढ़िया जाए तो पिंड दीआं महिलावां वास्ते भी नवे जो योजनावां ने वो भी पिंड दे विच लैके आउणगे तां जो बेरोज़गार महिलावां नूं कोई एक रुज़गार मिल सके ते अपना घर दा जो उन्हां दा प्रबंध है वो सही ढंग नाल चल सके। कैमरामैन जतिंदर पिंस दे नाल मैं नवनीत सिंह चीमा, धन्नवाद।